ਸਕੂਲ ਜਾਣ ਦੀ ਟੈਨਸ਼ਨ ਖਤਮ। ਬਟ 4-5 ਦਿਨ ਬਾਅਦ ਰਿਅਲਾਈਜ਼ ਹੋਇਆ ਕਿ ਆਪਾਂ ਸਕੂਲ ਕਿਉਂ ਨਹੀਂ ਜਾ ਰਹੇ, ਕਿਉਂਕਿ ਫੀਸ ਲਈ ਪੈਸਾ ਨਹੀਂ ਹੈ। 2 ਮਹੀਨੇ ਬਾਅਦ ਦੇ ਵਿੱਚ ਤੂੰ ਕਹਿ ਰਿਹਾ ਸੌਰੀ ਯੂ ਫਾਇਰ। ਹੁਣ ਜ਼ਿੰਦਗੀ ਫਿਰ ਥੱਲੇ, ਮੂੰਹ ਫਿਰ ਉੱਪਰ। ਹਾਂ ਚੰਗਾ, ਜਿਹੜਾ ਵੀ ਤੁਹਾਨੂੰ ਕੋਈ ਕਮੈਂਟ ਦਿੰਦਾ ਨਾ, ਉਹਨੂੰ ਨਾ ਇੱਥੇ ਰੱਖੋ, 5 ਮਿੰਟ ਬਾਅਦ ਭੁੱਲ ਜਾਓ। ਮੈਨੂੰ ਉਹ ਕਿਤੇ ਹੁਣ ਨਾ 6ਵੀਂ 7ਵੀਂ ਤੁਹਾਨੂੰ ਕੋਈ ਯਾਰ ਕਹਿ ਦਿੰਦਾ, ਯਾਰ ਤੂੰ ਬਹੁਤ ਹਾਸੇ ਭਾਨਾ, ਬਸ ਉਹ ਚੁੱਲ੍ਹ ਦੁਬਾਰਾ ਉੱਠ ਗਈ। ਸਤਿ ਸ਼੍ਰੀ ਅਕਾਲ ਗਾਈਜ਼, ਮਾਈ ਨੇਮ ਇਜ਼ ਮਨਪ੍ਰੀਤ ਸਿੰਘ ਐਂਡ ਆਈ ਐਮ 31 ਈਅਰ ਓਲਡ। ਆਈ ਐਮ ਫਰੋਮ ਅੰਮ੍ਰਿਤਸਰ ਐਂਡ ਅੰਗਰੇਜ਼ੀ ਖਤਮ। ਆਪਾਂ ਹੁਣ ਪੰਜਾਬੀ 'ਚ ਗੱਲ ਕਰਾਂਗੇ, ਕਿਉਂਕਿ ਇਸ ਤੋਂ ਬਾਅਦ ਅੰਗਰੇਜ਼ੀ ਮੈਨੂੰ ਆਉਂਦੀ ਵੀ ਨਹੀਂ ਹੈ। ਮੇਰਾ ਨਾਮ ਮਨਪ੍ਰੀਤ ਸਿੰਘ ਹੈ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਅਤੇ ਐਟ ਏ ਟਾਈਮ ਮੈਂ ਸਟੈਂਡ ਅਪ ਕਮੇਡੀਅਨ ਹਾਂ। ਮੈਂ ਇੱਕ ਲੋਅਰ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦਾ। ਲੋਅਰ ਮਿਡਲ ਕਲਾਸ ਇਸ ਕਰਕੇ ਕਹਿ ਦਿੰਦੇ ਕਿ ਗਰੀਬ ਕਹਿਣਾ ਚੰਗਾ ਨਹੀਂ ਲੱਗਦਾ, ਅੰਗਰੇਜ਼ੀ ਦੇ ਵਰਡ ਥੋੜ੍ਹੇ ਅੱਛੇ ਲੱਗਦੇ ਆ। ਇੱਕ ਚੀਜ਼ ਹੈ, ਤੁਸੀਂ ਲੋਅਰ ਮਿਡਲ ਕਲਾਸ ਫੈਮਲੀ ਤੋਂ ਆ ਨਾ, ਤੁਸੀਂ 2 ਚੀਜ਼ਾਂ ਤੋਂ ਮਰੋਗੇ ਜਿਹਦੇ ਕਰਕੇ ਅੱਛਾ ਬਿਜ਼ਨਸ ਨਹੀਂ ਕਰ ਸਕਦੇ। ਪਹਿਲੀ ਚੀਜ਼ ਹੈ ਇਮੋਸ਼ਨਸ, ਤੁਹਾਡੇ ਅੰਦਰ ਬਹੁਤ ਜ਼ਿਆਦਾ ਨੇ। ਦੂਸਰਾ ਟਰੱਸਟ, ਤੁਸੀਂ ਕਿਸੇ 'ਤੇ ਵੀ ਕਰ ਲੈਂਦੇ ਹੋ। ਹੁਣ ਇੱਕ ਪ੍ਰੋਬਲਮ ਹੋਰ ਹੈ, ਜਦੋਂ ਤੁਸੀਂ ਲਾਈਫ 'ਚ ਡਿੱਗਦੇ ਹੋ ਨਾ, ਤੁਹਾਨੂੰ 2 ਰਸਤੇ ਦਿਖਦੇ ਆ। ਪਹਿਲਾ, ਤੁਸੀਂ ਹੋਰ ਸਟਰੋਂਗ ਹੋ ਜਾਓ, ਦੂਸਰਾ ਸ਼ਰਾਬ ਪੀ ਲਓ। ਪਾਪਾ ਨੇ ਉਹੀ ਕੀਤਾ ਕਿ ਨਹੀਂ, ਹੁਣ ਕੁਛ ਨਹੀਂ ਹੋ ਸਕਦਾ, ਜਿੰਨਾ ਮੈਂ ਕਮਾਇਆ ਸੀ ਸਾਰਾ ਚਲਾ ਗਿਆ, ਸ਼ਰਾਬ ਪੀ ਲਓ। ਹੁਣ ਇੱਕ ਦਿਨ ਇਸ ਤਰ੍ਹਾਂ ਦਾ ਆਇਆ, ਮੈਂ ਸ਼ਾਇਦ 1st ਜਾਂ 2nd ਕਲਾਸ 'ਚ ਸੀਗਾ, ਮੈਨੂੰ ਅਤੇ ਮੇਰੇ ਭਰਾ ਨੂੰ ਸਕੂਲੋਂ ਘਰ ਭੇਜਤਾ। ਛੋਟਾ ਬੱਚਾ ਹੈ, ਉਹਨੂੰ ਅੱਛਾ ਲੱਗਦਾ ਕਿ ਅੱਜ ਕੀ ਗੱਲ ਹੋਈ, ਸਕੂਲ ਗਏ ਹਾਂ, ਪ੍ਰੇਅਰ ਕੀਤੀ ਹੈ, ਘਰ ਵਾਪਸ ਆ ਗਏ ਹਾਂ, ਚਿਲ ਕਰ ਰਹੇ ਹਾਂ, ਅੱਛਾ ਲੱਗ ਰਿਹਾ। ਨੈਕਸਟ ਡੇ ਤਿਆਰ ਹੋਏ ਹਾਂ, ਮੈਂ ਮੰਮਾ ਨੂੰ ਕਿਹਾ ਸਕੂਲ, ਕਹਿੰਦੇ ਨਹੀਂ ਜਾਣਾ। ਮੈਂ ਕਿਹਾ ਯੈਸ, ਮਜ਼ਾ ਆ ਰਿਹਾ, ਸਕੂਲ ਤਾਂ ਜਾਣਾ ਹੀ ਨਹੀਂ। ਉਸ ਤੋਂ ਅਗਲੇ ਦਿਨ ਮੈਂ ਕਿਹਾ, ਮੈਂ ਕਿਹਾ ਜੀ ਅੱਜ ਸਕੂਲ, ਕਹਿੰਦੇ ਨਹੀਂ ਜਾਣਾ। ਮੈਂ ਕਿਹਾ ਘੈਂਟ ਆ, ਸਕੂਲ ਜਾਣ ਦੀ ਟੈਨਸ਼ਨ ਖਤਮ। ਬਟ 4-5 ਦਿਨ ਬਾਅਦ ਰਿਅਲਾਈਜ਼ ਹੋਇਆ ਕਿ ਆਪਾਂ ਸਕੂਲ ਕਿਉਂ ਨਹੀਂ ਜਾ ਰਹੇ, ਕਿਉਂਕਿ ਫੀਸ ਲਈ ਪੈਸਾ ਨਹੀਂ ਹੈ। ਉਹ ਮਤਲਬ ਜਦੋਂ ਭਾਵੇਂ ਮੈਂ ਛੋਟਾ ਸੀਗਾ, ਬਟ ਮੈਨੂੰ ਇਹ ਰਿਅਲਾਈਜ਼ ਹੋ ਰਿਹਾ ਕਿ ਆਪਾਂ ਸਕੂਲ ਇਸ ਕਰਕੇ ਨਹੀਂ ਜਾ ਪਾ ਰਹੇ। ਇੱਕ ਬੱਚਾ ਜਿਹੜਾ ਰੋਜ਼ ਕਹਿੰਦਾ ਮੈਂ ਨਹੀਂ ਜਾਣਾ, 1 ਦਿਨ ਕਹਿ ਲਿਆ, 2 ਦਿਨ ਕਹਿ ਲਿਆ, 5 ਦਿਨ ਕਹਿ ਲਿਆ, ਬਟ ਹੁਣ ਮੇਰਾ ਦਿਲ ਕਰ ਰਿਹਾ। ਫਿਰ ਉਹੀ, ਹੁਣ ਇੱਕ ਫਾਦਰ ਜਾਂ ਕੋਈ ਵੀ ਬੰਦਾ ਕੀ ਕਰੇਗਾ, ਜਾਂ ਤਾਂ ਉਹ ਸਟਰੋਂਗ ਹੋ ਜਾਏਗਾ, ਜਾਂ ਉਹ ਹੋਰ ਸ਼ਰਾਬ ਪੀਣ ਲੱਗ ਪਏਗਾ। ਫਿਰ ਮੈਨੂੰ ਲੱਗਾ ਕਿ ਮੈਨੂੰ ਪੜ੍ਹਨਾ ਚਾਹੀਦਾ। ਮੈਂ ਪੜ੍ਹਨ ਵਾਸਤੇ ਆਪਣੇ ਭੂਆ ਜੀ ਕੋਲ ਚਲਾ ਗਿਆ, ਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਪੜ੍ਹਨ 'ਚ ਅੱਛਾ ਹੈ, ਉਹਨਾਂ ਦਾ ਭੁਲੇਖਾ ਸੀਗਾ। ਪਰ ਮੈਂ ਗਿਆ, ਬਟ ਮੈਨੂੰ ਕਿਤੇ ਨਾ ਕਿਤੇ ਲੱਗਾ ਕਿ ਇਹ ਜ਼ਿੰਦਗੀ ਹੁਣ ਕੀ ਹੋਏਗੀ, ਛੋਟਾ ਜਿਹਾ ਬੱਚਾ ਕੀ ਕਰ ਲਏਗਾ। ਮੈਂ ਆਪਣੀ ਪੜ੍ਹਾਈ ਸ਼ੁਰੂ ਕੀਤੀ, ਜ਼ਿੰਦਗੀ ਠੀਕ ਚੱਲਣੀ ਸ਼ੁਰੂ ਹੋ ਗਈ, ਪਾਪਾ ਦਾ ਵੀ ਸਾਰਾ ਕੁਝ ਹੌਲੀ ਹੌਲੀ ਸਾਰਾ ਕੁਝ ਟਰੈਕ 'ਤੇ ਆਉਣ ਲੱਗ ਪਿਆ। ਬਟ ਤੁਹਾਨੂੰ ਨਹੀਂ ਪਤਾ ਤੁਹਾਨੂੰ ਉਹ ਚੀਜ਼ਾਂ ਕਦੋਂ ਦੁਬਾਰਾ ਹਿੱਟ ਕਰਨੀਆਂ ਸ਼ੁਰੂ ਕਰ ਦਿੰਦੀਆਂ। ਇੱਕ ਟਾਈਮ ਆਉਂਦਾ ਜਦੋਂ ਸਕੂਲ ਤੋਂ ਤੁਸੀਂ ਦੌੜਦੇ ਹੋ, ਦੌੜਦੇ ਮਤਲਬ ਬੰਕ ਕਰਦੇ ਹੋ, ਚਾਹੇ ਉਹ 10ਵੀਂ ਕਲਾਸ ਹੈ, ਕਿਸੇ ਨੇ +2 'ਚ ਕੀਤਾ, ਉਹ ਆਪਣੀ ਆਪਣੀ ਅਚੀਵਮੈਂਟ ਹੈ। ਮੈਨੂੰ 9ਵੀਂ 'ਚ ਮੇਰਾ ਦਿਲ ਕਰ ਪਿਆ ਸੀ 9th ਕਲਾਸ 'ਚ ਕਿ ਹੁਣ ਮੈਂ ਸਕੂਲੋਂ ਦੌੜਨਾ, ਬਟ ਇਹ ਸੀਗਾ ਪੈਸੇ ਨਹੀਂ, ਦੌੜ ਕੇ ਜਾਵਾਂਗੇ ਕਿੱਥੇ, ਸਾਰੇ ਦੇ ਮੂਵੀ ਦੇਖਣ ਜਾ ਰਹੇ। ਬਟ ਫਿਰ ਮੈਨੂੰ ਸੁਣਨ ਨੂੰ ਮਿਲਿਆ ਕਿ ਯਾਰ ਆਪਾਂ ਕੱਲ੍ਹ ਫਿਲਮ ਦੇਖਣ ਜਾਣੀ ਆ, ਮਨਪ੍ਰੀਤ ਨੂੰ ਨਹੀਂ ਪਤਾ ਲੱਗਣਾ ਚਾਹੀਦਾ, ਜੇ ਉਹਨੂੰ ਪਤਾ ਲੱਗ ਗਿਆ ਉਹਦੇ ਪੈਸੇ ਵੀ ਸਾਨੂੰ ਦੇਣੇ ਪੈਣੇ। ਫਿਰ ਜਿਹੜੀ ਜਿੱਥੋਂ ਗੇਮ ਸ਼ੁਰੂ ਹੋਈ ਸੀ ਵਾਪਸ ਉੱਥੇ ਖਤਮ ਹੋ ਰਹੀ ਹੈ। ਮੈਨੂੰ ਲੱਗਾ ਕਿ ਹੁਣ ਮੈਨੂੰ ਪੈਸਾ ਕਮਾਉਣਾ ਚਾਹੀਦਾ। ਮੈਂ 9ਵੀਂ ਕਲਾਸ 'ਚ ਪੜ੍ਹਨ ਵਾਲਾ ਬੱਚਾ ਸੋਚ ਰਿਹਾ ਪੈਸਾ ਕਮਾਉਣਾ ਚਾਹੀਦਾ। ਪੈਸਾ ਕਮਾਉਣ ਦੇ 2 ਤਰੀਕੇ ਆ, ਜਾਂ ਤੁਸੀਂ ਮਿਹਨਤ ਕਰੋ, ਜਾਂ ਤੁਸੀਂ ਚੋਰੀ ਕਰੋ। ਮੈਂ ਕਿਹਾ ਮੈਂ ਮਿਹਨਤੀ ਕਰਾਂਗਾ, ਚੋਰੀ ਮੈਂ ਨਹੀਂ ਕਰ ਪਾਊਂਗਾ। ਮੇਰਾ ਇੱਕ ਫਰੈਂਡ ਸੀ, ਉਹਦੇ ਪਾਪਾ ਦਾ ਅਚਾਰ ਦਾ ਬਿਜ਼ਨਸ ਸੀ, ਕਿ ਉਹ ਅਚਾਰ ਵੇਚਦੇ ਸੀ। ਮੈਂ ਕਿਹਾ ਜੀ ਮੈਨੂੰ ਕਰਵਾ ਦਿਓ। ਕਹਿੰਦੇ ਕਿ ਤੂੰ ਇਹ ਅਚਾਰ ਦੀਆਂ ਬਰਨੀਆਂ ਲੈ ਜਾ, ਇਹ 60 ਰੁਪਏ ਦੀ ਤੂੰ ਵੇਚਣੀ ਹੈ, 55 ਦੀ ਸਾਨੂੰ ਪਈ ਹੈ, 5 ਰੁਪਏ ਹਰ ਬਰਨੀ ਦੇ ਵਿੱਚੋਂ ਤੇਰੀ ਕਮਿਸ਼ਨ।
ਮੈਂ 12 ਬਰਨੀਆਂ ਲਈਆਂ, ਮੈਂ ਕਿਹਾ ਵੇਚਦੇ ਹਾਂ। 12 ਅਲੱਗ ਅਲੱਗ ਤਰ੍ਹਾਂ ਦੇ ਅਚਾਰ ਸੀ, ਬਟ ਉਹ ਦੇਖਣ ਨੂੰ ਕੋਈ ਅੰਬ ਦਾ ਅਚਾਰ ਸੀ, ਕੋਈ ਮਿਰਚ ਦਾ ਅਚਾਰ ਸੀ, ਪਰ ਮੇਰੇ ਲਈ ਉਹ ਤਰਸ ਦਾ ਅਚਾਰ ਸੀ। ਕਿਉਂਕਿ ਇੱਕ 9th ਕਲਾਸ ਦੇ ਬੱਚੇ ਕੋਲ ਕਲਾਇੰਟ ਥੋੜ੍ਹੀ ਨਾ ਹੈ ਕਿ ਕਲਾਇੰਟ ਕੋਲ ਜਾ ਕੇ ਮੈਂ ਕਹੂੰਗਾ ਜੀ ਅਚਾਰ ਲੈ ਲਓ ਸਾਡੀ ਕੰਪਨੀ ਦਾ। ਮੈਂ ਕਿੰਨਾ ਕੁੱਲ ਗਿਆ, ਆਪਣੇ ਯਾਰਾਂ ਦੋਸਤਾਂ ਦੇ ਘਰ ਚਲਾ ਗਿਆ, ਆਂਟੀ ਪਾਣੀ ਪਿਲਾਓ ਅਚਾਰ ਲੈ ਲਓ। ਉਹਨੇ ਕਿਹਾ ਚਲੋ ਠੀਕ ਹੈ ਯਾਰ, ਸਕੂਲ ਦੀ ਯੂਨੀਫਾਰਮ ਪਾ ਕੇ ਬੱਚਾ ਅਚਾਰ ਵੇਚ ਰਿਹਾ, ਲੈ ਲਓ। ਇਹ ਸਟੋਰੀ ਚੱਲਦੀ ਰਹੀ ਚੱਲਦੀ ਰਹੀ। ਹੁਣ ਮੇਰੇ ਦਿਮਾਗ 'ਚ ਆਹ ਚੱਲ ਰਿਹਾ ਕਿ ਜੇ ਮੈਂ ਸਾਰਾ ਅਚਾਰ ਵੇਚ ਲੂੰਗਾ, ਸ਼ਾਮ ਨੂੰ ਮੇਰੇ ਕੋਲ 60 ਰੁਪਏ ਹੋਣਗੇ। ਇੱਕ ਛੋਟਾ ਬੱਚਾ ਆਹ ਸੋਚ ਰਿਹਾ ਕਿ ਇਹ 60 ਰੁਪਏ ਦਾ ਕਰਨਾ ਕੀ ਹੈ। ਆਪਣੇ ਆਪ 'ਚ ਅਮੀਰੀ ਹੈ, ਚਾਹੇ ਅੱਜ ਦੀ ਡੇਟ 'ਚ ਸਾਨੂੰ ਲੱਗਦਾ ਕਿ 60 ਰੁਪਏ ਕੀ ਹੁੰਦੇ, ਕੁਛ ਵੀ ਨਹੀਂ ਹੈ, ਬਟ ਉਸ ਟਾਈਮ 'ਤੇ ਆਪਣੇ ਆਪ 'ਚ ਇੱਕ ਅਮੀਰੀ ਹੈ ਕਿ ਸਾਰਾ ਦਿਨ ਸਕੂਲ ਜਾ ਕੇ, ਸਕੂਲ ਤੋਂ ਵਾਪਸ ਆ ਕੇ ਮੈਂ ਤਰਸ ਦਾ ਅਚਾਰ ਵੇਚਿਆ ਅਤੇ ਉਹ ਪੈਸਾ ਅੱਜ ਮੈਨੂੰ ਸ਼ਾਮੀ ਮਿਲੇਗਾ, ਕਿਆ ਮਜ਼ਾ ਆਏਗਾ, ਹੈ ਨਾ। ਮੈਂ ਖਰਚਾਂਗਾ, ਮੈਂ ਡੋਰ ਲਿਆਊਂਗਾ, ਮੈਂ ਇਹ ਕਰੂੰਗਾ, ਉਹ ਕਰੂੰਗਾ। ਸ਼ਾਮ ਨੂੰ ਮੈਂ 12 ਦੀਆਂ 12 ਬਰਨੀਆਂ ਵੇਚ ਕੇ ਉਹਨਾਂ ਕੋਲ ਪਹੁੰਚ ਗਿਆ। ਮੈਂ ਕਿਹਾ ਜੀ ਆਹ ਤੁਹਾਡੇ ਪੈਸੇ, ਤੁਸੀਂ ਮੈਨੂੰ ਮੇਰੇ ਪੈਸੇ ਦੇ ਦਿਓ, 60 ਰੁਪਏ ਬਣਦੇ ਨੇ। ਕਹਿੰਦੇ ਤੂੰ 12 ਨਹੀਂ 13 ਬੋਤਲਾਂ ਲੈ ਕੇ ਗਿਆ ਸੀ। ਮੈਂ ਇੱਕ ਪੈਸਾ ਨਹੀਂ ਕਮਾ ਪਾਇਆ ਉਸ ਚੀਜ਼ ਤੋਂ। ਸੀਰੀਅਸਲੀ ਮੈਂ 12 ਹੀ ਲੈ ਕੇ ਗਿਆ ਸੀ ਅਤੇ ਮੈਂ 12 ਦੇ ਵਿੱਚੋਂ 60 ਹੀ ਕਮਾਏ ਸੀ, ਬਟ ਇੱਕ ਦੀ ਕੋਸਟ 60 ਰੁਪਏ ਹੈ, ਮੈਨੂੰ ਕੋਈ ਪੈਸਾ ਨਹੀਂ ਮਿਲਿਆ। ਮੈਂ ਘਰ ਆ ਕੇ ਕਾਫੀ ਰੋਇਆ ਕਿ ਯਾਰ ਮੈਂ ਪੂਰਾ ਦਿਨ ਮਿਹਨਤ ਕੀਤੀ, ਫਿਰ ਆਪਾਂ ਕੀ ਕਰਦੇ ਹਾਂ। ਇੱਕ ਮਿਡਲ ਕਲਾਸ ਬੰਦਾ ਜਾਂ ਕੋਈ ਵੀ ਦੁਨੀਆ ਤੋਂ ਕੋਈ ਵੀ ਇਨਸਾਨ, ਚਾਹੇ ਤੁਸੀਂ ਹੋ, ਤੁਸੀਂ ਮੂੰਹ ਉੱਪਰ ਕਰਦੇ ਹੋ, ਚੰਗਾ ਰਿਹਾ ਹੁਣ ਕਰ ਲਾ ਮਜ਼ਾਕ। ਉਹ ਫਿਲਮ 'ਚ ਕਹਿੰਦਾ ਨਾ, ਖੁਸ਼ ਤੋਂ ਬਹੁਤ ਹੋਵੋਗੇ ਤੁਮ। ਆਪਾਂ ਵੀ ਕਹਿੰਦੇ ਹਾਂ, ਆਪਾਂ ਬੇਸ਼ੱਕ ਉਹ ਮੰਦਰ 'ਚ ਜਾ ਕੇ ਨਹੀਂ ਕਹਿੰਦੇ, ਪਰ ਅੰਦਰ ਅੰਦਰ ਕਹਿੰਦੇ ਹਾਂ ਹੁਣ ਠੀਕ ਹੈ, ਲੈ ਲੈ ਸਵਾਦ। ਫਿਰ ਤੁਹਾਡੇ ਦਿਮਾਗ 'ਚ ਖਿਆਲ ਆਉਂਦਾ ਕਿ ਤੂੰ ਇੱਦਾਂ ਕਰ, ਦੋ ਆਪਸ਼ਨਸ ਆ, ਜਾਂ ਮਿਹਨਤ ਕਰ ਲਾ ਜਾਂ ਚੋਰੀ ਕਰ ਲਾ। ਮੈਂ ਕਿਹਾ ਨਹੀਂ ਯਾਰ, ਕਰਾਂਗੇ ਤਾਂ ਆਪਾਂ ਮਿਹਨਤ ਹੀ ਕਰਾਂਗੇ। ਦੂਸਰਾ ਇੱਕ ਮੈਂ ਹੋਰ, ਮੈਂ ਕਿਹਾ ਚਲੋ ਠੀਕ ਹੈ, ਮਿਹਨਤ ਕਰਨ ਦਾ ਇੱਕ ਹੋਰ ਤਰੀਕਾ। ਮੇਰਾ ਇੱਕ ਫਰੈਂਡ ਸੀ, ਉਹਦੇ ਪਾਪਾ ਰੇਹੜੀ ਚਲਾਉਂਦੇ ਸੀ। ਇੱਕ ਹੁੰਦਾ ਰਿਕਸ਼ਾ ਜਿਹਦੇ ਉੱਤੇ ਆਪਾਂ ਬਹਿ ਕੇ ਸਵਾਰੀ ਨੂੰ ਲੈ ਕੇ ਜਾਂਦੇ ਹਾਂ, ਇੱਕ ਹੁੰਦੀ ਹੈ ਰੇਹੜੀ ਜਿਹਦੇ 'ਤੇ ਆਪਾਂ ਸਮਾਨ ਢੋਂਦੇ ਹਾਂ। ਉਹਦੇ ਪਾਪਾ ਨਾ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਕਿਸੇ ਦੁਕਾਨ 'ਤੇ ਕੋਈ ਖੰਡ ਚੌਲ ਜੇ ਉਹ ਮਤਲਬ ਕਰਦੇ ਸੀ ਟਰਾਂਸਪੋਰਟ। ਸੰਡੇ ਨੂੰ ਉਹਨਾਂ ਦੀ ਰੇਹੜੀ ਫ੍ਰੀ ਹੁੰਦੀ ਸੀ। ਮੈਂ ਉਹਨੂੰ ਮੋਹਨ ਲਾਲ, ਮੇਰੇ ਫਰੈਂਡ ਦਾ ਨਾਮ, ਉਹਨੂੰ ਕਿਹਾ, ਮੈਂ ਕਿਹਾ ਯਾਰ ਸੰਡੇ ਨੂੰ ਪਾਪਾ ਦੀ ਰੇਹੜੀ ਘਰ ਲੱਗੀ ਹੁੰਦੀ ਹੈ, ਕੋਈ ਨਾ ਕੋਈ ਕੰਮ ਹੋਏਗਾ ਤੂੰ ਫੜ ਲਾ, ਮੈਂ ਅਤੇ ਤੂੰ ਚਲੇ ਜਾਵਾਂਗੇ। ਲਓ ਜੀ, ਸਾਨੂੰ ਔਡਰ ਮਿਲਿਆ ਸਾਬਣ ਦਾ, ਦੇਸੀ ਸਾਬਣ ਕੱਪੜੇ ਧੋਣ ਵਾਲਾ। ਆਪਾਂ ਇੱਕ ਜਗ੍ਹਾ ਤੋਂ ਚੱਕਾਂਗੇ, ਦੂਸਰੀ ਜਗ੍ਹਾ 'ਤੇ ਜਾ ਕੇ ਉਹ ਸਾਬਣ ਜਿਹੜਾ ਸ਼ਿਫਟ ਕਰਾਂਗੇ। ਸਾਨੂੰ 50 ਪੇਟੀਆਂ ਦਾ 150 ਰੁਪਇਆ ਮਿਲੇਗਾ। ਸਾਰਾ ਕੁਝ ਸੌਟ ਹੈ, ਸਵੇਰੇ ਆਪਾਂ ਨਿਕਲ ਚੁੱਕੇ ਹਾਂ, ਹੁਣ ਉੱਥੇ ਪਹੁੰਚੇ ਹਾਂ, ਉੱਥੇ 50 ਤੋਂ 70 ਪੈਕੇਜ ਹੋ ਗਏ ਨੇ। ਉਹ ਕਹਿੰਦੇ ਵੀ ਤੁਹਾਨੂੰ ਆਪਾਂ ਉੱਕਾ ਬੁੱਕਾ 220 ਰੁਪਏ ਦੇ ਦਾਂਗੇ, ਤੁਸੀਂ 70 ਕਰਨੇ ਆ ਅਤੇ 35-35 ਦੋ ਵਾਰੀ ਛੱਡ ਆਓ। ਹੁਣ ਤੁਹਾਨੂੰ ਪਤਾ ਹੀ ਹੈ ਫਿਰ ਦਿਮਾਗ ਪੰਜਾਬੀ ਖੂਨ ਖੋਲਦਾ ਬੰਦੇ ਦਾ, ਹੈ ਨਾ। ਮੈਂ ਕਿਹਾ ਤੂੰ ਇੱਦਾਂ ਕਰ, 70 ਇਕੱਠੇ ਰੱਖ ਲਾ, ਇੱਕੋ ਵਾਰੀ ਜਾਵਾਂਗੇ, ਸਿਆਪਾ ਨਾਲ ਬੈਠ ਕੇ ਵਾਪਸ ਆ ਜਾਵਾਂਗੇ। ਬਟ ਉਹ ਜਿਹੜਾ ਬੈਠਾ ਨਾ ਉੱਤੇ, ਜਿਹਨੇ ਤੁਹਾਡੀ ਮਜ਼ੇ ਲੈਣੇ ਆ ਕਿਸਮਤ ਦੇ, ਹੁਣ ਆਪਾਂ 70 ਰੱਖ ਲਏ, ਨਿਕਲ ਚੁੱਕੇ ਹਾਂ। ਮੋਹਨ ਲਾਲ ਜੀ ਰੇਹੜੀ ਚਲਾ ਰਹੇ ਆ, ਮੈਂ ਪਿੱਛੋਂ ਧੱਕਾ ਲਾ ਰਿਹਾ। 15 ਕੁ ਮਿੰਟ ਆਪਾਂ ਰੋਡ 'ਤੇ ਪਹੁੰਚੇ ਹਾਂ, ਉਹਨਾਂ ਨੇ ਮੀਂਹ ਪਵਾ ਦਿੱਤਾ। ਮੀਂਹ 'ਚ ਸਾਬਣ ਗਿੱਲਾ ਹੋ ਜਾਏਗਾ, ਸਾਰਾ ਖਰਾਬ ਹੋ ਜਾਏਗਾ, ਕਲਾਇੰਟ ਵੀ ਬੋਲੇਗਾ, ਹੁਣ ਹੈ ਭਾਵੇਂ ਛੋਟੇ, ਅੱਜ ਸਮਝ ਆਉਂਦੀ ਉਹ ਕਲਾਇੰਟ ਹੈ। ਹੁਣ ਕੀ ਹੋਇਆ, ਮੀਂਹ ਜ਼ਿਆਦਾ ਹੋ ਗਿਆ, ਇੰਨਾ ਇੰਨਾ ਪਾਣੀ ਇਕੱਠਾ ਹੋ ਗਿਆ, ਮੀਂਹ ਬੰਦ ਹੋਇਆ, ਮੈਂ ਧੱਕਾ ਲਾ ਰਿਹਾ, ਸਾਨੂੰ ਨਹੀਂ ਪਤਾ ਕਿੱਥੇ ਟੋਇਆ ਆ ਗਿਆ। ਟੋਇਆ ਆਇਆ, ਰੇਹੜੀ ਪੂਰੀ ਪਲਟ ਚੁੱਕੀ ਹੈ। 70 ਦੇ ਵਿੱਚੋਂ 20 ਪੇਟੀਆਂ ਪਾਣੀ ਦੇ ਵਿੱਚ ਪਈਆਂ ਹੋਈਆਂ, ਬੜੀ ਮੁਸ਼ਕਲ ਪੇਟੀਆਂ ਰੱਖੀਆਂ। ਮੇਰੇ ਖਿਆਲ ਸਵੇਰ ਦੇ ਆਪਾਂ ਚੱਲੇ ਹਾਂ, ਦੁਪਹਿਰ ਹੋ ਗਈ ਹੈ, ਰੋਟੀ ਦਾ ਕੁਛ ਨਹੀਂ ਪਤਾ, ਸਿਰਫ ਇਹ ਕਿ ਸ਼ਾਮੀ 220 ਰੁਪਏ ਮਿਲਣਗੇ ਇਸ ਚੀਜ਼ ਦੇ। ਬੜੀ ਮੁਸ਼ਕਲ ਆਪਾਂ ਸਾਰੀਆਂ ਉਹ ਇਕੱਠਾ ਕੀਤਾ, ਉਸ ਤੋਂ ਬਾਅਦ ਰੇਹੜੀ ਥੋੜ੍ਹੀ ਬਹੁਤੀ ਰਿਪੇਅਰ ਕਰਾ ਕੇ ਹੱਥ ਪੱਲਾ ਜੋੜ ਕੇ ਅਸੀਂ ਦੁਕਾਨਦਾਰ ਕੋਲ ਪਹੁੰਚੇ ਹਾਂ। ਉਹਨੇ ਦੇਖਿਆ ਪੇਟੀਆਂ ਗਿੱਲੀਆਂ, ਕੋਈ ਨਹੀਂ ਮੈਂ ਲੈ ਲਵਾਂਗਾ,
ਕਿ ਚਲੋ ਠੀਕ ਹੈ ਯਾਰ ਬੰਦਾ ਅੱਛਾ ਹੈ। ਪਰ ਸਿਆਪਾ ਉਦੋਂ ਪਿਆ ਕਹਿੰਦਾ ਤੁਸੀਂ ਇਹ ਗਰਾਊਂਡ ਫਲੋਰ ਤੋਂ ਲੈ ਕੇ ਥਰਡ ਫਲੋਰ 'ਤੇ ਸ਼ਿਫਟ ਕਰਨੀ ਹੈ। ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਯਾਰ ਦਫਾ ਕਰ, ਮੈਨੂੰ ਨਹੀਂ ਚਾਹੀਦੇ 220 ਰੁਪਏ, ਉਹਨੂੰ ਕਹਾਂ ਇੱਥੋਂ ਚੁੱਕ ਲਾ। ਪਰ ਕਿੱਦਾਂ ਕਹਿ ਲਈਏ ਆਪਾਂ, ਸੰਡੇ ਹੈ, ਉਹਦੇ ਆਪਣੇ ਬੰਦੇ ਨਹੀਂ ਆਏ। ਉਹ ਮੈਨੂੰ ਟਾਈਮ ਨਾ ਅੱਜ ਯਾਦ ਆਉਂਦਾ। ਫਿਰ ਪੜ੍ਹਾਈ ਕਰਦੇ ਕਰਦੇ ਮੈਂ ਅੱਗੇ ਗਿਆ। ਹੁਣ ਇਹ ਹੈ ਡਿੱਗਣ ਦੇ ਪਾਰਟ, 220 ਕਮਾਏ, ਪਤਾ ਨਹੀਂ ਕਿੱਥੇ ਗਏ, ਨਿਕਲ ਗਏ। ਪਰ ਜਿਸ ਤਰ੍ਹਾਂ ਤੁਸੀਂ ਅੱਗੇ ਜਾਂਦੇ ਹੋ ਨਾ, ਤੁਹਾਡੀਆਂ ਜੋਬ ਪੋਜੀਸ਼ਨਸ ਚੇਂਜ ਹੁੰਦੀਆਂ। ਫਿਰ ਮੈਂ ਮਹਿੰਦਰਾ ਐਂਡ ਮਹਿੰਦਰਾ ਦੇ ਵਿੱਚ ਐਜ਼ ਏ ਸਟੋਰ ਕੀਪਰ ਲੱਗ ਗਿਆ, ਜਿਹੜੀਆਂ ਸਕੋਰਪੀਓ ਬਲੈਰੋ ਦੀ ਏਜੰਸੀਜ਼ ਆ, ਉਹਨਾਂ ਦੇ ਸਮਾਨ ਵਗੈਰਾ ਲਿਆਉਣ ਵਾਸਤੇ ਸਟੋਰ ਕੀਪਰ। ਉੱਥੇ ਮੈਂ ਹੌਲੀ ਹੌਲੀ ਪ੍ਰਮੋਟ ਹੋਇਆ। ਹੁਣ ਉਹ ਖੁਸ਼ ਹੈ, ਸੀਰੀਅਸਲੀ ਖੁਸ਼, ਉਹ ਵਾਲਾ ਨਹੀਂ, ਸੀਰੀਅਸ ਖੁਸ਼ ਹੈ। ਉਹਨੇ ਮੈਨੂੰ ਮੈਨੇਜਰ ਬਣਾਇਆ, ਅਸਿਸਟੈਂਟ ਬਣਾਇਆ, ਮੈਂ ਮੈਨੇਜਰ, ਅੱਛਾ ਪੈਸਾ ਕਮਾ ਰਿਹਾ। ਆਪਣੇ ਪੁਰਾਣੇ ਦਿਲ ਭੁੱਲ ਚੁੱਕਾ ਕਿ ਕੁਛ ਨਹੀਂ, ਸਾਰਾ ਕੁਛ ਠੀਕ ਹੋ ਚੁੱਕਾ, ਪੈਸਾ ਵੀ ਆ ਰਿਹਾ। ਬਾਈਕ ਇੱਕ ਸੁਪਨਾ ਹੁੰਦਾ ਬੰਦੇ ਦਾ ਕਿ ਬਾਈਕ ਲੈਣੀ ਹੈ, ਬਾਈਕ ਲੈ ਲਈ ਹੈ। ਪਾਪਾ ਹੁਣਾਂ ਨੂੰ ਤੰਗ ਨਹੀਂ ਕੀਤਾ, ਬਟ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਇਮੋਸ਼ਨ ਨਾਲ ਕਦੋਂ ਕੋਈ ਖੇਡ ਗਿਆ। ਇੱਕ ਕਲਾਇੰਟ ਆਇਆ ਮੇਰੇ ਕੋਲ, ਸੀਰੀਅਸਲੀ ਉਹਦੀ ਗੱਡੀ ਲੱਗੀ, ਮੈਨੂੰ ਕਹਿੰਦਾ ਗੱਡੀ ਰਿਪੇਅਰ ਕਰਾਉਣੀ ਹੈ। ਮੈਂ ਉਹਦਾ ਕੰਮ, ਉਹਨੇ ਮੈਨੂੰ ਕਿਹਾ ਕਿ 24 ਕੁ ਘੰਟੇ ਨੇ, ਮੈਂ ਕਿਹਾ ਸਰ ਤੁਸੀਂ ਸ਼ਾਮੀ ਗੱਡੀ ਲੈ ਜਾਓ, ਕਲੇਮ ਕਲੂਮ ਲੈ ਕੇ ਸਾਰਾ ਕੁਝ ਦੇ ਦਿੱਤਾ। ਬਟ ਉਹ ਬੰਦੇ ਨੇ ਤੁਹਾਡੀ ਕੁਆਲਿਟੀਜ਼ ਦੇਖ ਲਈਆਂ। ਹੁਣ ਹੈ ਤਾਂ ਮੈਂ ਆਪਣੇ ਪਾਪਾ ਦਾ ਹੀ ਖੂਨ ਨਾ, ਇਮੋਸ਼ਨਸ ਮੇਰੇ ਹੀ ਉੱਦਾਂ ਦੇ ਨੇ। ਕਹਿੰਦਾ ਯਾਰ ਤੂੰ ਕਿਹੜਾ ਕੰਮ ਕਰ ਰਿਹਾ, ਤੂੰ ਇਸ ਉਮਰ ਦੇ ਵਿੱਚ, ਮੈਂ ਤੈਨੂੰ ਵਧੀਆ ਕੰਮ ਦੇ ਦਾਂਗਾ। ਉਹ ਕੰਮ ਸੀਗਾ ਕਿ ਤੁਸੀਂ ਇੰਡੀਆ ਦੇ ਵਿੱਚ ਨਾ ਅਲੱਗ ਅਲੱਗ, ਸਾਊਥ ਇੰਡੀਆ ਦੇ ਵਿੱਚ ਪੌਂਡੇਚੇਰੀ, ਬੈਂਗਲੋਰ, ਹੈਦਰਾਬਾਦ ਦੇ ਵਿੱਚ ਉਹ ਕੋਈ ਸਪੇਅਰ ਪਾਰਟ ਬਣਾਉਂਦਾ ਸੀ, ਤੁਸੀਂ ਇਹ ਸਪੇਅਰ ਪਾਰਟ ਅਲੱਗ ਅਲੱਗ ਜਗ੍ਹਾ ਜਾ ਕੇ ਦੇਣੇ ਆ। ਮੇਰੇ ਦਿਮਾਗ 'ਚ ਪਤਾ ਨਹੀਂ ਕੀ ਚੁੱਲ ਆਈ, ਮੈਂ ਚੰਗੀ ਭਲੀ ਨੌਕਰੀ ਛੱਡ ਕੇ ਸਪੇਅਰ ਪਾਰਟ ਵੇਚਣ ਲਈ ਪੌਂਡੇਚੇਰੀ ਜਾਣਾ ਸ਼ੁਰੂ ਕਰਤਾ। ਮੈਨੂੰ ਨਹੀਂ ਕੰਮ ਆਉਂਦਾ, ਕਿਉਂਕਿ ਜਦੋਂ ਤੁਸੀਂ ਕਿਸੇ ਵੀ ਕੰਪਨੀ 'ਚ ਜਾਂ ਕੋਈ ਵੀ ਕੰਮ ਕਰਦੇ ਹੋ, ਤੁਸੀਂ ਥੱਲੋਂ ਹੌਲੀ 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 ਉੱਪਰ ਜਾਂਦੇ ਹੋ, ਤੁਹਾਡਾ ਐਕਸਪੀਰੀਅੰਸ ਬਣਦਾ। ਉਹ ਕੰਮ ਮੇਰੇ ਲਈ ਨਵਾਂ ਸੀ, ਮੈਂ ਗਿਆ, 2 ਕੁ ਮਹੀਨੇ ਉਹਨੇ ਮੈਨੂੰ ਝੇਲਿਆ, ਉਸ ਤੋਂ ਬਾਅਦ ਮੈਂ ਕੋਈ ਪੀਸ ਨਹੀਂ ਉਹਦਾ ਵੇਚ ਪਾਇਆ। ਉਹਨੇ ਮੈਨੂੰ ਕਹਿ ਦਿੱਤਾ ਸੌਰੀ ਯਾਰ, ਫਾਇਰ। ਕਿੰਨਾ ਸਿੰਪਲ ਵਰਡ ਹੈ ਯਾਰ, 2.5-3 ਸਾਲ ਲਾ ਕੇ ਮੈਂ ਮੈਨੇਜਰ ਬਣਿਆ, ਤੂੰ ਮੈਨੂੰ 5 ਮਿੰਟ 'ਚ ਮੇਰੇ ਇਮੋਸ਼ਨਸ ਦੇ ਨਾਲ ਖੇਡ ਕੇ ਮੈਨੂੰ ਨਵੀਂ ਨੌਕਰੀ ਦੇ ਦਿੱਤੀ, 2 ਮਹੀਨੇ ਬਾਅਦ ਦੇ ਵਿੱਚ ਤੂੰ ਕਹਿ ਰਿਹਾ ਸੌਰੀ ਯੂ ਫਾਇਰ। ਹੁਣ ਜ਼ਿੰਦਗੀ ਫਿਰ ਥੱਲੇ, ਮੂੰਹ ਫਿਰ ਉੱਪਰ। ਹਾਂ ਚੰਗਾ, ਪੂਰਾ 1 ਸਾਲ ਮੈਂ ਅਲੱਗ ਅਲੱਗ ਨੌਕਰੀਆਂ ਲੱਭਣ, ਕਦੀ ਕਿਤੇ ਜਾ, ਕਦੀ ਕਿਤੇ ਜਾ, ਨੌਕਰੀ ਨਹੀਂ ਮਿਲ ਰਹੀ। ਹੁਣ ਜੇ ਤੁਸੀਂ ਨੌਕਰੀ ਲੱਭਦੇ ਹੋ ਨਾ, ਤੁਸੀਂ ਟੈਕਨੀਕ ਵਾਈਜ਼, ਪੈਸਿਆਂ ਵਾਈਜ਼ ਹੋਰ ਚਲਾਕ ਹੋ ਜਾਂਦੇ ਹੋ। ਪਹਿਲੇ ਅਸੀਂ ਦੁਕਾਨ 'ਤੇ ਜਾਂਦੇ, ਸਾਈਬਰ ਕੈਫੇ, ਉਹਨੂੰ ਕਹਿੰਦੇ ਰਿਜ਼ਿਊਮੇ ਦਿਓ, 10 ਰੁਪਏ ਲੈਂਦਾ ਰਿਜ਼ਿਊਮੇ ਦੇ, ਹੈ ਨਾ। ਫਿਰ ਆਪਾਂ ਨੌਕਰੀ ਵਾਲੇ ਕੋਲ ਜਾਂਦੇ, ਸਾਨੂੰ ਨੌਕਰੀ ਨਹੀਂ ਮਿਲਦੀ, ਤੁਸੀਂ ਆ ਕੇ ਸੋਚਦੇ ਹੋ ਸ਼ਿਟ 10 ਵੇਸਟ ਹੋ ਗਏ। ਇੱਦਾਂ ਇੱਦਾਂ ਕਰਦੇ, ਤੁਸੀਂ 60-70 ਵੇਸਟ ਕਰਾਉਂਦੇ ਹੋ ਨਾ, ਫਿਰ ਤੁਸੀਂ ਦਿਮਾਗ ਲਾਉਂਦੇ ਹੋ ਕਿ ਯਾਰ ਮੈਂ ਇੱਕ ਹੀ ਰਿਜ਼ਿਊਮੇ ਲੈ ਕੇ ਉਹਦੀਆਂ 20 ਕਾਪੀਆਂ ਕਿਉਂ ਨਹੀਂ ਕਰਾ ਲੈਂਦਾ। ਮੈਂ ਕੀਤਾ, ਮੈਂ ਡੇਲੀ ਆਪਣੀਆਂ ਰਿਜ਼ਿਊਮੇ ਦੀਆਂ 20 ਕਾਪੀਜ਼ ਲੈ ਕੇ ਨਾ ਅਲੱਗ ਅਲੱਗ ਜਗ੍ਹਾ ਜਾਂਦਾ ਸੀ, ਰੱਖ ਲਓ ਰੱਖ ਲਓ ਰੱਖ ਲਓ, ਕੋਈ ਨਹੀਂ ਰੱਖਦਾ ਸੀ। ਸਿਰਫ ਇੱਕ ਜਵਾਬ, ਆਪ ਜਾਓ, ਆਪਕੋ ਕਾਲ ਆ ਜਾਏਗਾ। ਇਹ ਸਭ ਤੋਂ ਵੱਡਾ ਝੂਠ ਹੈ। ਜੇ ਕੋਈ ਕੰਪਨੀ ਵਾਲਾ ਜਾਂ ਮੈਨੇਜਰ ਸੁਣਦਾ ਹੋਵੇ ਨਾ, ਸਿੱਧਾ ਨਾ ਕਰੋ ਜਿਹਨੂੰ ਕਰਨੀ ਹੈ। ਫਿਰ ਇੱਕ ਵਾਰੀ ਮੈਂ ਦੇਖਿਆ, ਚਿਕਨ ਕੰਪਨੀ ਹੈ, KFC ਪੰਜਾਬ ਦੇ ਵਿੱਚ ਨਵੀਂ ਆ ਰਹੀ ਹੈ, ਮੈਂ ਇੰਟਰਵਿਊ ਦੇਣ ਚਲਾ ਗਿਆ। ਮੈਂ ਇੰਟਰਵਿਊ ਦਿੱਤੀ ਉਹਨੂੰ, ਮੈਂ ਕਾਫੀ ਝੂਠ ਝਾਠ ਮਾਰਿਆ, ਕਿਉਂਕਿ ਦੇਖੋ ਤੁਸੀਂ ਇੰਟਰਵਿਊਜ਼ ਦੇ ਕੇ ਨਾ ਕਾਫੀ ਮੋਟੀਵੇਟ ਹੋ ਜਾਂਦੇ ਹੋ। ਮੈਂ ਬੜੇ ਝੂਠ ਮਾਰੇ, ਉਹ ਕਹਿੰਦਾ ਆਹ ਕਰ ਲੇਗਾ, ਮੈਂ ਕਰ ਲਵਾਂਗਾ, ਜੋ ਕੋ ਸ਼ਕਤੀਮਾਨ ਆ ਮੈਂ, ਜੋ ਕੋ ਕਰ ਲੂੰਗਾ ਮੈਂ। ਹੁਣ ਸਾਰੀ ਇੰਟਰਵਿਊ ਖਤਮ ਹੋ ਗਈ, ਸੈਲਰੀ ਦੀ ਗੱਲ ਹੋ ਗਈ ਹੈ, ਮੇਰੀ ਸੈਲਰੀ ਲੱਗੀ ਹੈ ਜੀ। ਪਹਿਲੇ ਜਦੋਂ ਮੈਂ ਮੈਨੇਜਰ ਸੀ, ਸੈਲਰੀ 15,000 ਤੋਂ ਉੱਤੇ, 1 ਸਾਲ ਧੱਕੇ ਖਾ ਕੇ ਸੈਲਰੀ ਮਿਲ ਲਈ ਹੈ 4,250 ਰੁਪਏ, 4,250 ਰੁਪੀਜ਼। ਮੈਂ ਕਿਹਾ ਠੀਕ ਹੈ ਯਾਰ, ਲਾਈਫ ਹੈ, ਕਿਤੇ ਵੀ ਚੇਂਜ ਹੋ ਸਕਦੀ ਹੈ। ਪਰ ਉਹ ਮੈਨੂੰ ਕਹਿੰਦਾ ਤੂੰ ਜਾ, ਫੋਨ ਕਰ ਦਾਂਗੇ। ਮੈਂ ਕਿਹਾ ਨਹੀਂ, ਆਹ ਬੈਠਾ ਜੇ ਭਾਊ, ਜਾਂ ਕੋ ਕਿ ਤੈਨੂੰ ਰੱਖ ਲਿਆ, ਜਾਂ ਕੋ ਕਿ ਤੂੰ ਨਹੀਂ ਹੈ। ਬਟ ਉਹਨਾਂ ਦਾ ਫੋਨ ਆ ਗਿਆ। ਹੁਣ ਇੰਨੀ ਲਾਈਫ ਦੇਖ ਕੇ, ਅੱਛੀ ਪੁਜੀਸ਼ਨ ਤੋਂ ਡਿੱਗ ਕੇ, ਮੈਂ ਦੁਬਾਰਾ KFC 'ਚ ਟੀਮ ਮੈਂਬਰ ਆ ਗਿਆ ਜੀ। ਟੀਮ ਮੈਂਬਰ ਤੋਂ 1.5 ਸਾਲ ਦੇ ਅੰਦਰ ਅੰਦਰ ਸ਼ਿਫਟ ਮੈਨੇਜਰ ਬਣ ਗਿਆ। ਮੇਰੇ ਲਈ ਅਚੀਵਮੈਂਟ।
ਕਿਉਂਕਿ ਇੰਨਾ ਕੁਛ ਜੇਕਰ ਮੈਂ ਸੋਚਾਂ ਕਿ ਹੁਣ ਕੁਛ ਨਹੀਂ ਹੋ ਸਕਦਾ ਯਾਰ, ਸਾਰਾ ਕੁਛ ਤਾਂ ਖਤਮ ਹੋ ਗਿਆ, ਬਟ ਨਹੀਂ, ਹਾਲਾਤ ਸਭ ਤੋਂ ਪਹਿਲਾ ਵਰਡ ਮੈਂ ਤੁਹਾਨੂੰ ਕਿਹਾ ਸੀ, ਹਾਲਾਤ ਜਿਹੜੇ ਤੁਹਾਨੂੰ ਮੋਟੀਵੇਟ ਕਰਦੇ ਆ, ਜਿਹੜੇ ਤੁਹਾਨੂੰ ਇੰਸਪੀਰੇਸ਼ਨ ਦਿੰਦੇ ਕਿ ਹੁਣ ਤੂੰ ਜ਼ਿੰਦਗੀ 'ਚ ਕੁਛ ਕਰ। ਫਿਰ ਮੈਂ ਉੱਥੇ ਮੈਨੇਜਰ ਬਣਿਆ, ਓਪਰਚੁਨਿਟੀਜ਼ ਹੋਰ ਖੁੱਲ੍ਹਣੀਆਂ ਸ਼ੁਰੂ ਹੋਈਆਂ, ਮੈਂ ਅਸਿਸਟੈਂਟ ਮੈਨੇਜਰ ਚਲਾਂਗਾ ਡੋਮੀਨੋਜ਼ ਪੀਜ਼ਾ 'ਚ। ਕਿਆ ਜ਼ਿੰਦਗੀ ਹੈ, ਸਾਰਾ ਕੁਛ ਸੈੱਟ ਹੋ ਗਿਆ, ਮੈਰਿਜ ਹੋ ਗਈ ਕਿਉਂਕਿ ਅੱਛੀ ਨੌਕਰੀ ਹੈ, ਅੱਛੀ ਕੁੜੀ ਦੇ ਨਾਲ ਵਿਆਹ ਹੋ ਗਿਆ, ਸਾਰਾ ਕੁਛ ਲਾਈਫ 'ਚ ਸੌਟ ਚੱਲ ਰਿਹਾ। ਪਰ ਮੈਨੂੰ ਅਚਾਨਕ ਹੀ ਇੱਕ ਨਾ ਸਾਡੇ ਉੱਥੇ ਇੱਕ ਕੰਪਨੀ ਦੀ ਮੀਟ ਆਈ ਜਿਹ 'ਚ ਪੂਰੇ ਇੰਡੀਆ ਦੇ ਡੋਮੀਨੋਜ਼ ਦੇ ਮੈਨੇਜਰ CEO ਸਾਰੇ ਇਕੱਠੇ ਹੁੰਦੇ ਆ। ਉਹਨਾਂ ਨੇ ਕਿਹਾ ਕਿ ਇਸ ਵਾਰ ਆਪਾਂ ਬਾਹਰੋਂ ਕਿਸੇ ਨੂੰ ਨਹੀਂ ਬੁਲਾ ਰਹੇ, ਚਾਹੇ ਉਹ ਡਾਂਸ ਕਰਨ ਵਾਲਾ ਹੈ, ਚਾਹੇ ਉਹ ਐਂਕਰ ਹੈ, ਚਾਹੇ ਕੁਛ ਵੀ ਹੈ, ਤੁਸੀਂ ਆਪਣਾ ਟੈਲੈਂਟ ਸਾਨੂੰ ਰਿਕਾਰਡ ਕਰਕੇ ਭੇਜੋ। ਮੈਨੂੰ ਉਹ ਕਿਤੇ ਹੁਣ ਨਾ 6ਵੀਂ 7ਵੀਂ ਤੁਹਾਨੂੰ ਕੋਈ ਯਾਰ ਕਹਿ ਦਿੰਦਾ ਯਾਰ ਤੂੰ ਬਹੁਤ ਹਾਸੇ ਭਾਨਾ, ਬਸ ਉਹ ਚੁੱਲ੍ਹ ਦੁਬਾਰਾ ਉੱਠ ਗਏ। ਹੁਣ ਇੰਨੇ ਧੱਕੇ ਖਾਣ ਤੋਂ ਬਾਅਦ 'ਚ ਫਿਰ ਬਹੂ ਨਹੀਂ ਸੋਚ ਰਿਹਾ ਕਿ ਯਾਰ ਸਟੈਂਡ ਅਪ ਕਮੇਡੀਅਨ ਬਣ ਜਾਈਏ। ਮੈਂ ਕਿਹਾ ਚਲੋ ਠੀਕ ਹੈ, ਮੈਂ ਰਿਕਾਰਡ ਕਰਕੇ ਭੇਜਿਆ, ਉਹਨਾਂ ਨੇ ਮੇਰੀ ਵੀਡੀਓ ਸਿਲੈਕਟ ਕਰ ਲਈ। ਆਪਣੀ ਕੰਪਨੀ ਦੀ ਗੱਲ ਦੱਸ ਰਿਹਾ, ਹੁਣ ਉੱਥੇ 5,000 ਬੰਦਾ ਬੈਠਾ ਹੋਇਆ ਜਿਹਦੇ ਵਿੱਚ ਤੁਹਾਡੀ ਆਪਣੀ ਕੰਪਨੀ ਦਾ CEO ਪਹਿਲੀ ਲਾਈਨ ਦੇ ਵਿੱਚ ਬੈਠਾ ਹੋਇਆ, ਅਤੇ ਮੈਂ ਪਰਫੋਰਮ ਕੀਤਾ, ਸਾਰਿਆਂ ਨੇ ਐਪਰੀਸ਼ੀਏਟ ਕੀਤਾ, ਮੈਨੂੰ ਬੜਾ ਵਧੀਆ ਲੱਗਾ ਯਾਰ। ਵੈਸੇ ਪਰਫੋਰਮ ਕਰਨਾ, ਹਨੇਰੇ 'ਚ ਪਰਫੋਰਮ ਕਰਨਾ, ਜਿਹਨਾਂ ਲੋਕਾਂ ਨੂੰ ਤੁਸੀਂ ਨਹੀਂ ਜਾਣਦੇ ਉਹਨਾਂ ਲਈ ਪਰਫੋਰਮ ਕਰਨਾ ਅਲੱਗ ਚੀਜ਼ ਹੈ, ਬਟ ਇੰਨੇ ਸਾਲਾਂ ਦੇ ਗੈਪ ਤੋਂ ਬਾਅਦ ਤੁਸੀਂ ਪਰਫੋਰਮ ਕਰ ਰਹੇ ਹੋ ਅਤੇ ਲੋਕ ਤੁਹਾਨੂੰ ਰਿਸਪੋਂਸ ਕਰ ਰਹੇ ਆ, ਕਿਆ ਮਜ਼ਾ ਆਇਆ ਉਸ ਦਿਨ। ਅਤੇ ਆਉਂਦੇ ਹੀ ਮੈਂ ਰਿਜ਼ਾਈਨ ਪਾ ਦਿੱਤਾ, ਅਗਲਾ ਦੁਆਰ ਹਜੇ ਚੰਗੀ ਤਰ੍ਹਾਂ ਖੁੱਲ੍ਹਾ ਵੀ ਨਹੀਂ ਹੈ। ਕੋਈ ਗੱਲ ਨਹੀਂ, ਮੈਂ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਯਾਰ ਦੇਖੋ ਤੁਸੀਂ ਵੀ ਵਰਕਿੰਗ ਹੋ, ਜੇਕਰ ਤੁਸੀਂ ਮੈਨੂੰ ਇੱਕ ਮੌਕਾ ਦਿਓ, ਮੈਂ ਆਪਣੀ ਵਾਈਫ ਨੂੰ ਕਹਿ ਰਿਹਾ ਵਰਡਸ ਕਿ ਤੁਸੀਂ ਮੈਨੂੰ ਇੱਕ ਮੌਕਾ ਦਿਓ ਅਤੇ ਸ਼ਾਇਦ ਮੈਂ ਟਰਾਈ ਕਰ ਸਕਾਂ। ਮੇਰੀ ਛੋਟੀ ਜਿਹੀ ਬੱਚੀ ਸੀ ਉਦੋਂ 1 ਸਾਲ ਦੀ, ਵਾਈਫ ਕਹਿੰਦੀ ਤੁਸੀਂ ਇੱਦਾਂ ਕਰੋ, ਤੁਸੀਂ ਟਰਾਈ ਕਰੋ, ਬਟ ਤੁਹਾਡੇ ਕੋਲ ਸਿਰਫ 1 ਸਾਲ ਆ, ਆ ਜਿੰਨੇ ਪੰਗੇ ਪੁੰਗੇ ਲੈਣੇ ਆ ਨਾ 1 ਸਾਲ ਬਾਅਦ ਵਾਪਸ ਆਉਣਾ, ਜੇ ਤਾਂ ਸਭ ਕੁਛ ਠੀਕ ਰਿਹਾ ਤਾਂ ਕੰਟੀਨਿਊ ਕਰੋਗੇ, ਨਹੀਂ ਰਿਹਾ ਤਾਂ ਸਾਰਾ ਕੁਛ ਖਤਮ। ਪਰ ਉਹ ਖੁਸ਼ ਸੀ ਉਸ ਟਾਈਮ 'ਤੇ, ਅਸਲੀ ਵਾਲਾ ਖੁਸ਼। ਮੈਂ ਪਹਿਲੇ ਮਹੀਨੇ ਟਰਾਈ ਕੀਤਾ, ਜਿੰਨਾ ਪੈਸਾ ਮੈਂ ਡੋਮੀਨੋਜ਼ ਤੋਂ ਕਮਾ ਰਿਹਾ ਸੀ ਉਸ ਤੋਂ ਜ਼ਿਆਦਾ ਹੀ ਮੈਂ ਸਟੈਂਡ ਅਪ ਤੋਂ ਕਮਾਇਆ। ਫਿਰ ਜਦੋਂ ਮੈਂ ਇੱਕ ਨਵੀਂ ਲਾਈਫ ਸ਼ੁਰੂ ਕੀਤੀ ਨਾ, ਉਹ ਸੀਗਾ ਪੈਸ਼ਨ। ਦੇਖੋ ਕਿਸੇ ਦੇ ਥੱਲੇ ਨੌਕਰੀ ਕਰਨੀ, ਤੁਹਾਡੇ ਉੱਤੇ 4 ਬੌਸ ਨੇ, ਉਹ 'ਚ ਤੁਹਾਡੇ ਵਟਸਐਪ ਗਰੁੱਪ ਨੇ, ਚਾਹੇ ਤੁਹਾਡੀ ਨੌਕਰੀ 8 ਘੰਟੇ ਦੀ ਹੈ ਪਰ ਤੁਹਾਡਾ ਵਟਸਐਪ 24 ਘੰਟੇ ਚੱਲ ਰਿਹਾ, ਫੋਨ ਤੁਹਾਡਾ, ਨੈੱਟ ਤੁਹਾਡਾ, ਯੂਜ਼ ਕੋਈ ਹੋਰ ਕਰ ਰਿਹਾ, ਉਹ ਜ਼ਿੰਦਗੀ 'ਚ ਮੈਂ ਬਾਹਰ ਨਿਕਲਣਾ। ਜਦੋਂ ਮੈਂ ਸਟੈਂਡ ਅਪ ਕਾਮੇਡੀ ਸ਼ੁਰੂ ਕੀਤੀ ਨਾ, ਆਪਣਾ ਹਿਊਮਰ, ਆਪਣੀ ਸੱਚਾਈ ਲਿਆ ਕੇ ਲੋਕਾਂ ਅੱਗੇ ਰੱਖਣੀ ਸ਼ੁਰੂ ਕੀਤੀ, ਵਾਹ ਮਜ਼ੇ ਆਏ, ਉਹ ਹੋਰ ਖੁਸ਼ ਹੋਇਆ। ਮੈਂ ਵੀਡੀਓ ਰਿਕਾਰਡ ਕੀਤੀ, ਮੈਂ ਯੂਟਿਊਬ 'ਤੇ ਪਾਈ, ਲੋਕਾਂ ਨੇ ਦੇਖੀ, ਲੋਕ ਤੁਹਾਨੂੰ ਮੈਸੇਜ ਕਰ ਰਹੇ ਆ ਕਿ ਤੁਸੀਂ ਬਹੁਤ ਵਧੀਆ ਕਾਮੇਡੀ ਕਰਦੇ ਹੋ, ਤੁਹਾਡੀ ਕਾਮੇਡੀ ਸਾਡਾ ਬੁਖਾਰ ਠੀਕ ਕਰ ਦਿੰਦੀ ਹੈ। ਪਤਾ ਨਹੀਂ ਮੈਨੂੰ ਇਹ ਸੱਚ ਹੈ ਕਿ ਝੂਠ ਹੈ, ਬਟ ਰੀਅਲੀ ਥੈਂਕਸ ਜਿਹੜੇ ਆ ਲੋਕ ਇਸ ਤਰ੍ਹਾਂ ਦੇ ਮੈਸੇਜ ਕਰਦੇ ਨੇ, ਚਾਹੇ ਉਹ ਤੁਹਾਨੂੰ ਵੀ ਕਰਦੇ ਹੋਣ, ਤੁਹਾਡਾ ਵੀ ਕੋਈ ਪ੍ਰੋਫੈਸ਼ਨ ਹੋਵੇ, ਜਿਹੜਾ ਵੀ ਤੁਹਾਨੂੰ ਕੋਈ ਕਮੈਂਟ ਦਿੰਦਾ ਨਾ, ਉਹਨੂੰ ਨਾ ਇੱਥੇ ਰੱਖੋ, 5 ਮਿੰਟ ਬਾਅਦ ਭੁੱਲ ਜਾਓ, ਕਿਉਂਕਿ ਜਦੋਂ ਤੁਸੀਂ ਹਵਾ 'ਚ ਆਉਣੇ ਸ਼ੁਰੂ ਹੋ ਜਾਂਦੇ ਹੋ ਨਾ, ਉਦੋਂ ਕੰਮ ਖਰਾਬ ਹੋ ਜਾਂਦਾ। ਬਟ ਸਟੈਂਡ ਅਪ ਕਾਮਿਕ ਬਣਨ ਤੋਂ ਬਾਅਦ 'ਚ ਜੋ ਲਾਈਫ ਚੇਂਜ ਹੋਈ ਹੈ ਨਾ, ਉਹਦੇ ਪਿੱਛੇ ਕੀ ਸੀਗਾ, ਮੇਰਾ ਪੈਸ਼ਨ ਅਤੇ ਮੇਰੇ ਅੰਦਰ ਕੋਈ ਲਗਨ। ਤੁਹਾਡੇ ਅੰਦਰ ਕੁਛ ਨਾ ਕੁਛ ਹੈਗਾ, ਇਹ ਮੈਨੂੰ ਪਤਾ ਹੈ, ਚਾਹੇ ਉਹ ਸਿੰਗਰ ਬਣਨਾ ਹੋਵੇ, ਚਾਹੇ ਉਹ ਬਿਜ਼ਨਸ ਹੋਵੇ, ਚਾਹੇ ਉਹ ਸਟੈਂਡ ਅਪ ਕਾਮੇਡੀ ਹੋਵੇ, ਚਾਹੇ ਉਹ ਐਕਟਿੰਗ ਹੋਵੇ, ਕੁਛ ਵੀ ਹੋਵੇ, ਸਿਰਫ ਆਪਣੇ ਟਾਈਮ 'ਤੇ ਨਾ ਆਪਣੇ ਟੈਲੈਂਟ ਨੂੰ ਪਛਾਣ ਲਓ। ਜੇਕਰ ਤੁਸੀਂ ਆਹ ਵੀਡੀਓ ਦੇਖ ਰਹੇ ਹੋ, ਮੈਨੂੰ ਨਹੀਂ ਪਤਾ ਮੇਰੀਆਂ ਗੱਲਾਂ ਨਾਲ ਤੁਸੀਂ ਮੋਟੀਵੇਟ ਹੁੰਦੇ ਹੋ ਕਿ ਨਹੀਂ ਹੁੰਦੇ ਹੋ, ਤੁਹਾਡੇ ਹਾਲਾਤ ਤੁਹਾਨੂੰ ਪਤਾ, ਤੁਹਾਨੂੰ ਪਤਾ ਤੁਹਾਡੇ ਅੰਦਰ ਕੀ ਹੈ, ਤੁਸੀਂ ਆਪਣੇ ਆਪ ਨੂੰ ਆਪ ਚੇਂਜ ਕਰਨਾ। ਜੇ ਤੁਹਾਡੇ ਅੰਦਰ ਕੋਈ ਹੁਨਰ ਹੈਗਾ, ਤੁਸੀਂ ਉਹਨੂੰ ਟਰਾਈ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣਾ ਬੌਸ ਆਪ ਰਵਾਂ, ਤਾਂ ਤੁਸੀਂ ਆਪਣਾ ਹੁਨਰ ਟਰਾਈ ਕਰ ਸਕਦੇ ਹੋ। ਮੈਂ ਕਿੱਥੋਂ ਸਿੱਖਿਆ, ਆਪਣੇ ਹਾਲਾਤਾਂ ਤੋਂ ਸਿੱਖਿਆ। ਦੇਖੋ ਡਿੱਗਣਾ ਹਰ ਕਿਸੇ ਨੇ ਹੈ, ਇਹ ਲਾਈਫ ਦੇ ਵਿੱਚ ਜ਼ਰੂਰੀ ਹੈ, ਡਿੱਗਣਾ ਬਹੁਤ ਜ਼ਰੂਰੀ ਚੀਜ਼ ਹੈ, ਪਰ ਤੁਸੀਂ ਆਹ ਦੇਖੋ ਕਿ ਤੁਸੀਂ ਡਿੱਗਣ ਤੋਂ ਕੀ ਚੂਜ਼ ਕਰਦੇ ਹੋ। ਤੁਹਾਡੇ ਕੋਲ 2 ਆਪਸ਼ਨਸ ਹੈ, ਨਸ਼ਾ ਹੈ
ਅਤੇ ਜਾਂ ਫਿਰ ਸਟਰੋਂਗ ਹੋਣਾ। ਅਤੇ ਮੈਂ ਤੁਹਾਨੂੰ ਇਹੀ ਰਿਕਮੈਂਡ ਕਰਾਂਗਾ, ਨਸ਼ਾ ਨਹੀਂ, ਸ਼ਰਾਬ ਨਹੀਂ ਚਾਹੀਦੀ। 5 ਮਿੰਟ ਦੀ ਗੱਲ ਆ, ਤੁਸੀਂ ਉਸ ਚੀਜ਼ ਤੋਂ ਬਾਹਰ ਆ ਜਾਓ, ਆਪਣੇ ਆਪ ਨੂੰ ਸਟਰੋਂਗ ਕਰੋ। ਗੁਰਦੁਆਰੇ ਮੰਦਰ ਜਾਂਦੇ ਹੋ ਠੀਕ ਹੈ, ਨਹੀਂ ਜਾਂਦੇ ਤਾਂ ਵੀ ਠੀਕ ਹੈ, ਬਟ ਉਸ ਟਾਈਮ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਜੇਕਰ ਸੰਭਾਲ ਲੈਂਦੇ ਹੋ ਤਾਂ ਤੁਹਾਡੀ ਲਾਈਫ ਬਿਲਕੁਲ ਠੀਕ ਹੈ। ਥੈਂਕ ਯੂ ਸੋ ਮਚ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।